ਤੁਸਾਂ ਦੇ ਪਿਆਉ YouTube ਚੈਨਲ ਨਸੀਮ ਅਫੀਸ਼ੀਅਲ ਅੱਜ ਮੈਂ ਕੋਈ ਵੀ ਲਾਗ ਨਹੀਂ ਬਣਾਦਾ ਕਿਉਂਕਿ ਪਰਸਨਲ ਮੈਸੇਜ ਆਂਦੇ ਪਏ ਹਨ ਵੈਸੇ ਵੀ ਇੱਕ ਵੀਡੀਓ ਦੇ ਉੱਤੇ ਵੀ ਕਮੈਂਟ ਸੀਦੇ ਪਏ ਹਨ ਔਰ ਪਰਸਨਲ ਵੀ ਕਾਫੀ ਸਾਰੇ ਦੋਸਤਾਂ ਨੇ ਰਾਬਤਾ ਕਰਕੇ ਇੱਕੋ ਸਵਾਲ ਹੀ ਪੁੱਛਿਆ ਕਿ ਤੁਹਾਡਾ ਚੈਨਲ ਕਿਸ وجہ ਤੋਂ ਡਿਲੀਟ ਥਿਆ ਕਿਉਂ ਡਿਲੀਟ ਥਿਆ ਜਾਂ ਕੀ ਜ਼ਰੂਰਤ ਪੇਸ਼ ਆਈਏ ਕਿ ਤੁਸੀਂ ਆਪਣੇ Gmail ਤੋਂ ਚੈਨਲ ਕਿਉਂ ਖਤਮ ਕੀਤਾ ਹੈ ਔਰ ਕਿਸ ਤਰੀਕੇ ਰਿਕਵਰ ਕੀਤਾ ਹੈ ਮੈਂ ਇਸ ਵੀਡੀਓ ਦੇ ਅੰਦਰ ਚੰਦ ਮਿੰਟ ਦੇ ਅੰਦਰ ਤੁਹਾਨੂੰ ਸਿਰਫ ਇਹ ਸਟੋਰੀ ਸੁਣਾਣਾ ਕਿ ਮੈਨਾਂ ਨਾਲ ਕਿਆ ਮਸਲਾ ਬਣਾ ਆਈ ਕਿਸ ਵਜ੍ਹਾ ਤੋਂ ਚੈਨਲ ਮੇਰਾ ਡਿਲੀਟ ਥੀ ਆਈ ਕਿਸ ਵਜ੍ਹਾ ਤੋਂ ਮੈਂ ਡਿਲੀਟ ਕੀਤਾ ਹੈ ਜਾਂ ਮੇਰੇ ਕੋਲ ਕੋਈ ਮਿਸਟੇਕ ਹੋਈ ਆਈ ਤੇ ਮੈਂ ਕਿਸ ਤਰੀਕੇ ਰਿਕਵਰ ਕੀਤਾ ਹੈ ਔਰ ਕਿਸ ਤਰੀਕੇ ਮੈਂ ਦੁਬਾਰਾ ਇਸ ਨੂੰ ਬਹਾਲ ਕਰਨ ਦੀ ਕਿਤਨੀਆਂ ਕੋਸ਼ਿਸ਼ਾਂ ਕੀਤੀਆਂ ਉਹ ਮੈਂ ਤੁਹਾਡੇ ਸਾਹਮਣੇ ਚੰਦ ਲਮਾਈ ਲਿਖਣਾ ਉਸ ਤੋਂ ਪਹਿਲੇ ਮਿਹਰਬਾਨੀ ਕਰਕੇ ਕਿਉਂਕਿ ਅੱਜ ਵਿਲਾਗ ਨਹੀਂ ਹੈ ਸਿਰਫ ਜਸਟ ਇੱਕ ਕੁਐਸਚਨ ਦਾ ਜਵਾਬ ਹੈ ਮਿਹਰਬਾਨੀ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਗਏ ਨਸੋ ਵੀਡੀਓ ਨੂੰ ਲਾਈਕ ਕਰ ਗਏ ਨਸੋ ਤੇ ਚੰਦ ਮਿੰਟ ਸਾਰੇ ਨਾਲ ਰਸੋ ਤਾਂ ਕਿ ਤੁਹਾਨੂੰ ਇਹ ਸਾਰੀ ਸਟੋਰੀ ਦਾ ਪਤਾ ਲੱਗ ਵਜੇ ਕਿ ਮੇਰੇ ਨਾਲ ਕੀ ਮਸਲਾ ਬਣਾਈ ਸਭ ਤੋਂ ਪਹਿਲੇ ਕਿ ਮੇਰੇ ਇੱਕ ਜੀਮੇਲ ਦੇ ਉਤੇ ਜਿਹੜਾ ਮੇਰਾ ਆਪਣਾ オリジナル ਜੀਮੇਲ ਹੈ ਉਸ ਉਤੇ ਮੇਰੇ ਦੋ ਚੈਨਲ ਹਨ ਇੱਕ ਮੇਰਾ ਚੈਨਲ ਨਸੀਮ ਸਾਰਾਈ ਔਰ ਦੂਜਾ ਮੇਰਾ ਚੈਨਲ ਨਸੀਮ ਅਫੀਸ਼ੀਅਲ ਦੇ ਨਾਮ ਤੇ ਹੈ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਮੈਨੇ ਇੱਕ ਦੋਸਤ مشਵਰਾ ਦਿੱਤਾ ਹੈ ਕਿ ਅਗਰ ਦੋ ਚੈਨਲ ਇੱਕ ਜੀਮੇਲ ਤੇ ਹੋਵੇ ਉਹ ਮੋਨਟਾਈਜ਼ ਨਹੀਂ ਥੀਤੇ ਉਹ YouTube ਇਸ ਕਾਫੀ ਟਾਈਮ ਕੰਮ ਕਰੀਦਾ ਹੈ ਕਾਫੀ ਦੇਰ ਉਸ ਕੰਮ ਕੀਤਾ ਹੈ ਤੇ ਉਸ ਮੈਨੇ مشਵਰਾ ਦਿੱਤਾ ਬਹਿ ਇੱਕ ਚੈਨਲ ਨੂੰ ਡਿਲੀਟ ਕਰ ਦੇ ਇਨ ਇੱਕ ਦਿਨ ਸਵੇਰ ਮੈਂ ਉੱਠੀ ਚਾ ਜ਼ਿਆਨ ਖਿਆਲ ਹੈ ਕਿ ਕਿਉਂ ਨਾ ਹੋਵੇ ਕਿ ਇੱਕ ਚੈਨਲ ਡਿਲੀਟ ਕਰ ਦਿੱਤਾ ਵੰਜੇ ਮੈਂ ਨਸੀਮ ਇਸਾਰ ਚੈਨਲ ਨੂੰ ਡਿਲੀਟ ਕੀਤਾ ਜੋ ਹੀ ਮੈਂ ਨਸੀਮ ਸਾਰ ਚੈਨਲ ਡਿਲੀਟ ਕੀਤਾ ਹੈ ਮੈਂ ਵਾਪਸ ਆ ਕੇ ਜਿਸ ਟਾਈਮ ਵਾਈਟ ਸਟੂਡੀਓ ਓਪਨ ਕੀਤੀ ਤਾਂ ਮੇਰੇ ਦੋਹੇ ਚੈਨਲ ਉਸ ਵਕਤ ਗਾਇਬ ਹੋ ਚੁੱਕੇ ਹਨ ਤਾਂ ਮੈਨੂੰ ਸਿਰੇ ਸੱਟ ਲੱਗੀ ਹੈ ਕਿ ਇਹ ਕੀ ਹੋਇਆ ਕਿ ਦੋ ਅਢਾਈ ਮਹੀਨਾ ਦੀ ਮੁਸਲਸਲ ਮਿਹਨਤ ਕੀਤੀ ਹੈ ਕੋਸ਼ਿਸ਼ ਕੀਤੀ ਹੈ ਔਰ ਉਸ ਦੇ ਬਾਵਜੂਦ ਵੀ ਮੈਂ ਆਪਣਾ ਸਾਰਾ ਸਿਸਟਮ ਜ਼ਾਇਆ ਕਰ ਬੈਠਾ ਤਾਂ ਮੈਨੂੰ ਹੁਣ ਕਿਸ ਤਰੀਕੇ ਬਹਾਲੀ ਕਰਨੀ ਚਾਹੀਦੀ ਹੈ ਮੈਂ ਖੁਦ ਕੋਸ਼ਿਸ਼ ਕਰੀਂਦਾ ਰਿਹਾ ਜੋ ਆਪਸ਼ਨ ਮੈਨੂੰ ਮਿਲਦੇ ਪਏ ਹਨ ਉਹ ਨਹੀਂ ਮਿਲੇ ਸਭ ਤੋਂ ਪਹਿਲਾ ਆਪਸ਼ਨ ਹੀ ਮਿਲਦਾ ਪਿਆ ਕਿ ਤੁਸੀਂ ਆਪਣੇ ਚੈਨਲ ਨੂੰ ਲੌਗਇਨ ਕਰਕੇ ਔਰ ਸੌਰੀ ਜੀਮੇਲ ਨੂੰ ਲੌਗਇਨ ਕਰੋ ਲਾਗ ਇਨ ਕਰਨ ਤੋਂ ਬਾਅਦ ਉਸ ਨੂੰ ਵਾਲਾ ਮੈਨੇਜ ਤੇ ਕਲਿੱਕ ਕਰਕੇ ਵਾਲਾ ਤੁਸਾਂ ਬ੍ਰਾਂਡ ਅਕਾਊਂਟ ਚ ਵਾਓਂ ਯਾ ਬ੍ਰਾਂਡ ਅਕਾਊਂਟ ਤੁਸਾਂ ਇਸ ਚੀਜ਼ ਨੂੰ ਰਿਕਵਰ ਕਰ ਸਕਦੇ ਹੋ ਮੈਨੇ ਆਪਸ਼ਨ ਨਾ ਮਿਲਦੇ ਪਏ ਬੜਾ ਬਾਈ YouTube ਤੇ ਕੰਮ ਕਰੀਦਾ ਮੈਂ ਉਸ ਨੂੰ ਆਖਿਆ ਕਿ ਤੂੰ ਇਸ ਚੀਜ਼ ਦੇ ਉਤੇ ਕਰ ਉਹਨਾਂ ਨੇ YouTube ਦੀ ਵੀਡੀਓ ਨਾਲ ਸਟਾਰਟ ਕੀਤੀ ਹੈ ਨਾਲ ਹੀ ਡੂਡੂ ਵਰਕ ਕਰਨਾ ਸ਼ੁਰੂ ਕੀਤਾ ਹੈ ਔਰ ਅਲਹਮਦੁਲਿਲਾ ਮੇਰਾ ਚੈਨਲ ਬਹਾਲ ਧੀ ਹੈ थोड़ी तो दोस्तों की दुआव नाल मेहनत के नाल और स्ट्रगल वाला दोबारा मैं इस चैनल उत्ते अच्छे तरीके नाल काम करी पाँ ते थी इस वजह तो आई कि मैं शायद कन्फ्यूज हो गया कि अगर दो जी चैनल होए हो जीमेल उत्ते तो शायद मेरा नुकसान थी जितने यूट्यूबर मेरी वीडियो दे दें ਉਹਨਾਂ ਦੇ ਕੋਲ ਅਰਜ਼ੀ ਕਰੀ ਨਾ ਕਿ ਕਿਆ ਇਸ ਜੀ ਦੀ ਰਹਿਨਮਾਈ ਫਰਮਾਓ ਕਿ ਅਗਰ ਇੱਕ ਜੀਮੇਲ ਤੇ ਦੋ ਚੈਨਲ ਹੋਵਨ ਤਾਂ ਕਿਆ ਚੈਨਲ ਮੋਨਟਾਈਜ਼ ਥੀਵਣ ਵਿੱਚ ਕੋਈ ਮਸਲਾ ਪੇਸ਼ ਆਂਦਾ ਹੈ ਜਾਂ ਨਹੀਂ ਆਂਦਾ ਅਗਰ ਆਂਦਾ ਤਾਂ ਲਾਜ਼ਮੀ ਕਮੈਂਟ ਜਿਸ ਐਸੋ ਨਹੀਂ ਆਂਦਾ ਤਾਂ ਵੀ ਲਾਜ਼ਮੀ ਕਮੈਂਟ ਜਿਸ ਐਸੋ ਔਰ ਇਤਨਾ ਵੀ ਲਾਜ਼ਮੀ ਜਿਸ ਐਸੋ ਕਿ ਮੈਂ ਇਸ ਤੋਂ ਬਾਅਦ ਮੈਂ ਇਨਸ਼ਾਅੱਲਾ ਕੱਲ ਜਿਹੜੀ ਵੀਡੀਓ ਬਣਾਇਆ ਸਣਾ ਇੱਕ ਤਾਂ ਕੱਲ ਪਾਕਿਸਤਾਨ ਔਰ ਇੰਗਲੈਂਡ ਦਾ ਫਾਈਨਲ ਵੀ ਹੈ ਮਜ਼ਾ ਆਸੀ 1992 ਦੇ ਅੰਦਰ ਹੀ ਪਾਕਿਸਤਾਨ ਔਰ ਇੰਗਲੈਂਡ ਦਾ ਫਾਈਨਲ ਆਈ ਕੱਲ ਵੀ ਇੰਗਲੈਂਡ ਪਾਕਿਸਤਾਨ ਔਰ ਇੰਗਲੈਂਡ ਦਾ ਫਾਈਨਲ ਹੈ ਦੁਆ ਕਰੋ ਅੱਛੇ ਤਰੀਕੇ ਨਾਲ ਗੁਜ਼ਰ ਵਣੀ ਬਾਰਿਸ਼ ਨਾ ਹੋਵੇ ਬਿਹਤਰੀਨ ਮੌਸਮ ਹੋਵੇ ਗੁਜ਼ਰ ਵਣੀ ਮੇਰੀ ਤਬੀਅਤ ਇਸ ਟਾਈਮ ਇੰਤਹਾ ਦਰਜੇ ਤੇ ਖਰਾਬ ਹੈ ਵਿਲਾਗ ਵਿੱਚ ਮੈਂ ਇਸ ਵਜ੍ਹਾ ਤੋਂ ਨਹੀਂ ਮੜਾਇਆ ਚਲੋ ਇੱਕ ਕੁਐਸਚਨ ਤੇ ਇਸ ਗੱਲ ਨੂੰ ਖਤਮ ਕਰੀ ਮੇਰੀ ਅੱਖੀਂ ਦੀ ਕੰਡੀਸ਼ਨ ਤੋਂ ਸੰਡੇ ਦੇ ਪੈ ਸੋ ਇਹ ਹਲਕੇ ਇਸ ਟਾਈਮ ਮੇਰੀ ਅੱਖੀਂ ਨੂੰ ਸ਼ਦੀਦ ਕਿਸਮ ਦੀ ਜਲਨ ਥੀ ਦੀ ਪਈਏ ਸ਼ਾਇਦ ਅਨਿੰਦਰੇ ਦੀ وجہ ਤੂੰ ਥਕਾਵਟ ਦੀ وجہ ਤੂੰ ਜਾਂ ਜਿਸ ਵਜ੍ਹਾ ਤੂੰ ਤਾਂ ਇਤਨਾ ਵੀਡੀਓ ਥਾਰੇ ਵਾਸਤੇ ਕਾਫੀ ਹੈ ਆਪਣੀ ਮੁਹੱਬਤ ਜਿਵੇਂ ਲਿਖਾਂਦੇ ਪਾਵੇਂ ਜਿਵੇਂ ਲਿਖਾਂਦੇ ਰਸੋ ਨਾਲ ਟੱਚ ਰਸੋ ਇਨਸ਼ਾਅੱਲਾ ਹੌਸਤਾ ਹੌਸਤਾ ਇਸ ਦੇ ਅੰਦਰ ਇੰਪਰੂਵਮੈਂਟ ਵੀ ਆਂਦੀ ਵੈਸੀ ਔਰ ਹੌਸਤਾ ਹੌਸਤਾ ਇਨਸ਼ਾਅੱਲਾ ਅਸਾਂ ਅੱਗੇ ਵੀ ਵਧਦੇ ਵੈਸੋ ਸ਼ੁਕਰੀਆ ਵਾਲੇਕੁਮ ਸਲਾਮ